ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਦੀਨਾਨਗਰ ਵਿੱਚ ਦਿਲ, ਸ਼ੂਗਰ, ਦਿਮਾਗ ਅਤੇ ਜਨਰਲ ਰੋਗਾਂ ਸੰਬੰਧੀ ਭਾਰਤ ਪ੍ਰੀਸ਼ਦ ਵੱਲੋਂ ਸਥਾਨਕ ਪ੍ਰੀਸ਼ਦ ਦੇ ਆਗੂ ਵਿਜੇ ਕਾਂਸਰਾ ਦੀ ਅਗਵਾਈ ਵਿੱਚ ਮੁਫਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ। ਇਸ ਕੈਂਪ ਵਿੱਚ ਡਾਕਟਰ ਅੰਕਿਤ ਮਹਾਜਨ ਅਤੇ ਡਾਕਟਰ ਗੌਤਮ ਦੀ ਟੀਮ ਨੇ 250 ਦੇ ਕਰੀਬ ਰੋਗੀਆਂ ਦੀ ਜਾਂਚ ਕੀਤੀ। ਉਹਨਾਂ ਇਸ ਮੌਕੇ ਫ੍ਰੀ ECG ਅਤੇ ਸ਼ੂਗਰ ਤਾਂ ਟੈਸਟ ਕੀਤੇ ਹੀ, ਸਗੋਂ ਨਾਲ ਫ੍ਰੀ ਦਵਾਈਆਂ ਵੀ ਵੰਡੀਆਂ। ਇਸ ਮੌਕੇ ਮੁੱਖ ਮਹਿਮਾਨ ਦੇ ਤੌਰ 'ਤੇ ਰਿਟਾਇਰ DHO ਡਾਕਟਰ PS ਬਾਜਵਾ ਵੀ ਸ਼ਾਮਲ ਹੋਏ। ਗੁਰਦਾਸਪੁਰ ਤੋਂ ਦੀਪਕ ਕੁਮਾਰ ਦੀ ਰਿਪੋਰਟ, ਜਗਤ ਸੇਵਕ, ਵੈਬ TV। ਮਹਿਸੂਸ ਕਰਦਾ ਹਾਂ ਕਿ ਅੱਜ ਦੇ ਯੁੱਗ ਵਿੱਚ ਜਿਹੜੀਆਂ ਲਾਈਫ ਸਟਾਈਲ ਦੇ ਨਾਲ ਰਿਲੇਟਡ ਬਿਮਾਰੀਆਂ ਨੇ ਉਹਨਾਂ ਦਾ ਬਹੁਤ ਵਾਧਾ ਹੋ ਰਿਹਾ, ਜਿਵੇਂ ਕਿ ਹਾਰਟ ਦੀਆਂ ਬਿਮਾਰੀਆਂ, ਸ਼ੂਗਰ, ਕੈਂਸਰ ਦੀ ਬਿਮਾਰੀ, ਜਿਵੇਂ ਬ੍ਰੇਨ ਦੀਆਂ ਬਿਮਾਰੀਆਂ, ਇਹ ਸਾਰੀਆਂ ਦੀਆਂ ਸਾਰੀਆਂ ਸਾਡੀਆਂ ਲਾਈਫ ਸਟਾਈਲ ਨਾਲ ਰਿਲੇਟਡ ਨੇ। ਔਰ ਬਹੁਤ ਸਾਰੇ ਮਰੀਜ਼ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੇ ਆਰਥਿਕ ਸਥਿਤੀ ਇੰਨੀ ਚੰਗੀ ਨਹੀਂ ਹੁੰਦੀ ਕਿ ਉਹ ਇੱਕ ਚੰਗੀ ਸੰਸਥਾ ਵਿੱਚ ਜਾ ਕੇ ਆਪਣੇ ਟੈਸਟ ਕਰਾ ਕੇ ਆਪਣਾ ਡਾਇਗਨੋਜ਼ ਕਰਾ ਸਕਣ। ਅੱਜ ਮੈਂ ਸਮਝਦਾ ਹਾਂ ਕਿ ਉਹ ਲੋਕ ਜਿਹੜੇ ਉਹਨਾਂ ਹਸਪਤਾਲ ਵਿੱਚ ਨਹੀਂ ਜਾ ਸਕਦੇ, ਅੱਜ ਇੱਥੇ ਫ੍ਰੀ ਕੈਂਪ ਵਿੱਚ ਆ ਕੇ ਉਹਨਾਂ ਦਾ ਕੰਪਲੀਟ ਚੈੱਕਅਪ ਹੋਏਗਾ, ਜਿਹਦੇ ਵਿੱਚ ਉਹਨਾਂ ਦਾ ਡਾਇਗਨੋਸਿਸ ਹੋਊਗਾ। ਜੇ ਕਿਸੇ ਨੂੰ ਉਹੋ ਜਿਹੀ ਕੋਈ ਬਿਮਾਰੀ ਹੈ ਤਾਂ ਉਹ ਬੰਦਾ ਉਹਦਾ ਇਲਾਜ ਕਰਵਾ ਸਕੇ। ਸੋ ਮੈਂ ਸਮਝਦਾ ਹਾਂ ਕਿ ਇਹ ਅੱਜ ਦਾ ਕੈਂਪ ਜਿਹੜਾ ਹੈ ਦੀਨਾਨਗਰ ਨਿਵਾਸੀਆਂ ਵਾਸਤੇ, ਆਲੇ ਦੁਆਲੇ ਦੇ ਇਲਾਕੇ ਨਿਵਾਸੀਆਂ ਵਾਸਤੇ ਬੜਾ ਲਾਹੇਵੰਦ ਹੋਊਗਾ। ਹਮਨੇ ਔਰਗਨਾਈਜ਼ ਕੀਆ ਟੈਗਰ ਹਾਸਪਿਟਲ ਕੀ ਤਰਫ ਸੇ, ਇਸ ਮੇਂ ਇੱਕ ਹਮਾਰੇ ਕਾਰਡੀਓਲੋਜਿਸਟ ਹੈ, ਸਾਥ ਮੇਂ ਨਿਊਰੋਲੋਜਿਸਟ ਹੈ, ਤੋ ਇਸ ਮੇਂ ਹਮਸੇ ਫ੍ਰੀ ਚੈੱਕਅਪ ਕਰੇਂਗੇ ਹਾਰਟ ਕਾ, ਉਸ ਮੇਂ ECG ਹੋਗਾ, ਈਕੋ ਹੋਗੀ, ਔਰ ਉਸਕੇ ਬੇਸਿਸ ਪੇ ਅਗਰ ਕੁਛ ਹਾਰਟ ਕੀ ਨਿਕਾਲੇਂਗੇ ਬਿਮਾਰੀ, ਤੋ ਉਸਕੀ ਦਵਾਈਆਂ ਮੁਫਤ ਅਵੇਲੇਬਲ ਹੈ ਕੁਛ ਤੋ, ਔਰ ਬਾਕੀ ਦਵਾਈਆਂ ਕਾ ਦੇਖ ਲੇਂਗੇ। ਇਸਕੇ ਇਲਾਵਾ ਬ੍ਰੇਨ ਕੇ ਡਾਕਟਰ ਆਏ ਹੈ, ਵੋ ਬ੍ਰੇਨ ਕਾ ਸਾਰਾ ਦੇਖੇਂਗੇ, ਉਸ ਮੇਂ ਈ ਜੀ ਇੱਕ ਸਪੈਸ਼ਲ ਟਾਈਪ ਕੀ ਟੈਕਨੀਕ ਹੋਤੀ ਹੈ, ਉਸਕਾ ਅਲਗ ਸੇ ਇੱਕ ਚੈਂਬਰ ਮੇਂ ਹੈ, ਤੋ ਅਗਰ ਕਿਸੀ ਕੋ ਮਿਰਗੀ ਕੀ ਸਿਰ ਦਰਦ ਕੀ ਜਾਂ ਇਸ ਤਰ੍ਹਾਂ ਕੀ ਕੋਈ ਪ੍ਰੋਬਲਮ ਹੈ ਜਾਂ ਅਦਰੰਗ ਕੀ ਪ੍ਰੋਬਲਮ ਹੈ, ਤੋ ਉਸਕੇ ਲੀਏ ਵਹਾਂ ਪੇ ਚੈੱਕਅਪ ਹੋ ਜਾਏਗਾ। ਇਸਕੇ ਇਲਾਵਾ ਜੋ ਸ਼ੂਗਰ ਹੈ, ਰੂਟੀਨ ਚੈੱਕਅਪ ਹੈ, ਬਲੱਡ ਪ੍ਰੈਸ਼ਰ ਹੈ, ਉਸਕੇ ਲੀਏ ਬਾਕੀ ਟੀਮ ਸਾਰੀ ਆਈ ਹੋਈ ਹੈ, ਚੈੱਕਅਪ ਯਹਾਂ ਕਰ ਲੇਂਗੇ। ਬਾਬੇ ਹੋਤੇ ਹੈ ਕੁਛ ਕੈਂਪ ਹਮਾਰੇ ਹਿਮਾਚਲ ਮੇਂ ਹੋਤੇ ਹੈ, ਠੀਕ ਹੈ। ਤੋ ਇੰਟੀਰੀਅਰ ਮੇਂ ਯੂਜਲੀ ਕੈਂਪ ਯੇ ਦੀਨਾਨਗਰ ਹੀ ਇੱਕ ਐਸੀ ਜਗ੍ਹਾ ਹੈ ਜਹਾਂ ਥੋੜ੍ਹਾ ਸਾ ਮਤਲਬ ਥੋੜ੍ਹਾ ਸਿਟੀ ਵਾਈਜ਼, ਟਾਊਨ ਵਾਈਜ਼ ਹੈ, ਨਹੀਂ ਤੋ ਹਮਾਰੇ ਯੂਜਲੀ ਕੈਂਪ ਜੋ ਹੈ ਵੋ ਰਿਮੋਟ ਏਰੀਆਜ਼ ਮੇਂ, ਜਹਾਂ ਪੇ ਲੋਕ ਜੋ ਇਮੀਡੀਏਟਲੀ ਨਹੀਂ ਪਹੁੰਚ ਸਕਤੇ, ਤੋ ਵਹਾਂ ਸੇ ਹਮ ਲੋਕ ਪਿਕ ਕਰ ਲੇਤੇ ਹੈ ਪੇਸ਼ੈਂਟਸ ਕੋ, ਔਰ ਉਨਕੋ ਅਗਰ ਆਗੇ ਕੋਈ ਕੇਅਰ ਕੀ ਜ਼ਰੂਰਤ ਹੋਤੀ ਹੈ ਤੋ ਉਨਕੋ ਫਿਰ ਜਲੰਧਰ ਬੁਲਾ ਕੇ ਉਨਕਾ ਆਗੇ ਟ੍ਰੀਟਮੈਂਟ ਕਰ ਲੈਂਦੇ। ਜਲੰਧਰ ਸਰ, ਉਨਕਾ ਟ੍ਰੀਟਮੈਂਟ ਫ੍ਰੀ ਹੋਤਾ ਹੈ ਜਾਂ ਕਿਸ ਹਿਸਾਬ ਸੇ? ਦੇਖੋ, ਐਸਾ ਹੈ ਕਿ ਜੋ ਬਹੁਤ ਪੂਅਰ ਪੇਸ਼ੈਂਟਸ ਹੈ, ਉਨਮੇਂ ਡਾਕਟਰ ਵਿਜੇ ਮਹਾਜਨ ਕੀ ਡਿਸਕ੍ਰਿਪਸ਼ਨ ਰਹਤੀ ਹੈ, ਉਨਮੇਂ ਵੋ ਕਾਫੀ ਕੱਟ ਕਰ ਦੇਤੇ ਹੈ ਪ੍ਰਾਈਸਿਸ ਕੋ, ਤੋ ਨੈਚੁਰਲੀ ਜੋ ਹਿਮਾਚਲ ਸੇ ਜਾਂ ਪੰਜਾਬ ਮੇਂ ਵੀ ਬਹੁਤ ਪਿੱਛੇ ਸੇ ਏਰੀਆ ਸੇ ਜੋ ਲੋਕ ਆਤੇ ਹੈ, ਉਨਕੇ ਪਾਸ ਉਤਨਾ ਪੈਸਾ ਨਹੀਂ ਹੋਤਾ ਹਾਰਟ ਕੇ ਇਲਾਜ ਕੇ ਲੀਏ, ਲੇਕਿਨ ਉਨਕੋ ਹਾਈ ਸਬਸਿਡੀ ਦੀ ਜਾਤੀ ਹੈ, ਪੂਰਾ ਫ੍ਰੀ ਤੋ ਨਹੀਂ ਕਰ ਸਕਤੇ, ਲੇਕਿਨ ਹਾਈ ਸਬਸਿਡੀ ਜਾ ਕੇ ਉਸਮੇਂ ਕਾਫੀ ਵਿਜਨ ਕੋ ਬੈਨ। ਔਰ ਯਾ ਜੰਗਲ।